ਬਸ ਠੀਕ ਹਾਂ ਬਸ ਮਿਲਣਾ ਸ਼ਾਮ ਮਿਲਸਾ ਹੁਣ ਕੋਟੀ ਤੇ ਜ਼ਰਾ ਸਮਝ ਨਹੀਂ ਆਉਂਦੀ ਖਨਸਰ ਖਾਨ ਹਾਂਗਕਾਂਗ ਠੀਕ ਹੈ ਸ਼ਾਮ ਵਾਹ ਖਨਸਰ ਖਾਨ ਵਾਹ ਮੋਏਗੇ ਚੌਧਰੀ ਨੌਮਾਨ ਮੋਤੀਆਂ ਕੌੜੀ ਕਰ ਗਿਆ ਇਸ ਪਿੱਛੇ ਇਮਾਮ ਬਖਸ਼ ਨੂੰ ਸਜੇ ਪਾਸੇ ਮੁਹੰਮਦ ਅਮੀਨ ਖਬੇ ਪਾਸੇ ਤਲਾ ਬਹਿ ਜਲੋ ਨਿਕਲ ਵਾਹ 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 ਨੁਮਾਨ ਵਾਹ ਨੌਮਾਨ ਵਾਹ ਵਾਹ ਨੁਮਾਨ ਵਾਹ ਵਾਹ ਨੁਮਾਨ ਵਾਹ ਠੀਕ ਕੁਝ ਕਰ ਨੁਮਾਨ ਹੈ ਠੀਕ ਕੁਝ ਕਰ ਵਾਹ ਵਾਹ ਰੱਖੋ ਵੱਡੋ ਵੱਡੋ ਰੱਖੋ ਹਾਏ 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 ਚੌਧਰੀ ਰਸ਼ੀਦ ਚੇਚਿਆਲੇ ਦੇ ਸਾਹਿਬਜ਼ਾਦੇ ਨਾ ਲਾ ਬਾਈ ਨਾ ਲਾ ਆਪੇ ਕਹਿ ਕੇ ਹੋ ਜਾਣੇ ਤੂੰ ਤਾਂ ਨਹੀਂ ਗਾਇਆ ਵਾਲਾ ਮੋਏ ਗਏ ਸ਼ਹਿਦ ਬਲੋਚ ਮਲਕ ਅਬਾਸ ਦਾ ਜੋੜਾ ਥੋੜੀ ਮਿੱਟੀ ਮਲੋ ਥੋੜੀ ਮਿੱਟੀ ਮਲੋ ਮੈਂ ਅੱਗੇ ਵੀ ਆਖਿਆ ਮੈਂ ਕਬਰਾਂ 'ਚ ਅੱਜ ਕੱਲ੍ਹ ਡੱਬਾ ਦਿਲ 'ਚ ਹੀ ਪਾਉਂਦੇ ਨੇ ਬਸ ਅਤੇ ਤੁਸੀਂ ਬਹੁਤ ਮੰਦੇ ਹੋ ਲੱਗ ਪੈਂਦੇ ਹੋ ਬਸ ਕਰੋ ਬਸ ਕਰੋ ਬਸ ਕਰੋ ਮਿੱਟੀ ਤੱਤੀ ਹੈ ਓਏ ਹਾਂ ਹਾਂ ਚਲੋ ਠੀਕ ਹੈ ਜੀ ਠੀਕ ਪਾ ਕੇ ਨੋ ਜਾਣੇ ਕਦੀ ਮਿੱਟੀ ਨਾਲ ਪਕੜਾ ਲਿਆ ਫਿਰ ਅੱਜ ਪਕੜ ਕੇ ਨਹੀਂ ਆਉਂਦਾ ਮੋਏ ਗਏ ਸ਼ਹਿਦ ਬਲੋਚ ਮਲਕ ਅਬਾਸ ਦਾ ਜੋੜਾ ਕੌਡੀ ਕਰ ਗਿਆ ਇਸ ਪਿੱਛੇ ਕਾਲੀ ਮੋਨ ਸਜੇ ਪਾਸੇ ਖਮੋ ਪਾਸੇ ਇਫਤਖਾਰ ਨੂਨ ਸਜੇ ਪਾਸੇ ਵਾਹ ਵਾਹ ਕਾਲੀ ਨੂਨ ਟਾਈਮ ਨਾ ਜ਼ਾਇਆ ਕਰ ਸੋ ਟਾਈਮ ਜ਼ਾਇਆ ਨਾ ਕਰ ਸੋ ਟਾਈਮ ਨਾ ਜ਼ਾਇਆ ਕਰ ਸੋ ਵਾਹ 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 ਕਾਲੀ ਨੂਨ ਵਾਹ ਹਾਏ 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 ਕੋਈ ਸ਼ੱਕ ਨਹੀਂ ਕੋਈ ਸ਼ੱਕ ਨਹੀਂ ਸ਼ਹਿਦ ਬਲੋਚ ਤੇਰਾ ਟਿੱਕਾ ਜ਼ੇਰ ਸਰਪ੍ਰਸਤੀ ਮੈਂ ਤੁਸਾਂ ਦਾ ਗਰੀਬ ਭਰਾ ਜੀ ਰਿਆਜ ਸਰਪ੍ਰਸਤ ਆਲਾ ਜਨਾਬ ਸੈਯਦ ਲਿਆਕਤ ਹੁਸੈਨ ਸ਼ਾਹ ਠੇਕੇਦਾਰ ਮਕਸੂਦ ਅਫਰੋ ਅਕੀਲ ਕਰਨਾ ਠੀਕ ਜੀ ਅਕੀਲ ਕਰਨਾ ਇਹਨਾਂ ਦੀ ਵੀ ਜ਼ੇਰ ਸਰਪ੍ਰਸਤੀ ਬੇਤੀਨ ਕੌਡੀ ਹੋ ਸੀ 15 ਤਾਰੀਖ ਦਾ ਮਕਾਮ ਖੈਰੀ ਮੂਰਤ ਜ਼ੇਰ ਸਰਪ੍ਰਸਤੀ ਰਾਜਾ ਰਜ਼ਾ ਕਾ ਮੂਰਤ ਇਹ ਜੀ ਕੌਡੀ ਹੋ ਸੀ ਜਿਸ ਦਾ ਤਾਰੀਖ ਸੁਨਹਿਰੀ ਅਰਫਾਈ ਨਾਂ ਲਿਖਿਆ ਹੋਇਆ ਸੀ ਮੂਰਤ ਦੇ ਮਕਾਮ ਤੇ ਸਾਰਿਆਂ ਲੋਕਾਂ ਦਾ ਉਹ ਦੇਨੇ ਆ ਮੋਏ ਆਲਾ ਜੀ ਸਾਫ ਕਰਕੇ ਦੇ ਸਾਹ ਤੁਸੀਂ ਪਿਛਲੇ ਪਾਕਿਸਤਾਨ ਖਾਨੀ ਜ਼ਮਾਨ ਦਾ ਨਿੱਕਾ ਭਰਾ ਕੌਡੀ ਕਰ ਗਿਆ ਇਸ ਤੋਂ ਪਿੱਛੇ ਹੱਕ ਨਵਾਜ਼ ਖੱਬੇ ਪਾਸੇ ਹੱਕ ਨਵਾਜ਼ ਖੱਬੇ ਪਾਸੇ ਹੱਕ ਦੀ